ਓ ਬਿਰਜੂ ਓ ਬਿਰਜੂ ਰਿਆ ਹਾਂਜੀ ਸਰਦਾਰ ਜੀ ਆਉਂਦਾ ਹੈਗੀ ਹਾਂਜੀ ਸਰਦਾਰ ਜੀ ਬਤਾਈਏ ਓ ਬਿਰਜੂ ਓ ਆਪਾਂ ਨੇ ਬਾਜ਼ਾਰ ਤੇ ਬੀਜ ਵੀ ਲੈ ਕੇ ਆਉਣਾ ਜਾ ਕੇ ਚੱਲਦੇ ਹੈਗਾ ਸਰਦਾਰ ਜੀ ਸਰਦਾਰ ਜੀ ਮੈਂ ਇੱਕ ਬਾਤ ਪੁੱਛਣਾ ਚਾਹਤਾ ਥਾ ਪੁੱਛ ਬਿਰਜੂ ਪੁੱਛ ਕਿਆ ਪੁੱਛਣਾ ਹੈ ਆਪਣੇ ਸਰਦਾਰੋਂ ਕੇ ਲੜਕੇ ਸਿਰ ਕਿਉਂ ਉਡਵਾ ਲੈਤੇ ਹੈ ਬਿਰਜੂ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਜੋ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਦੱਸ ਪਾ ਰਹੇ ਪਰ ਜਿੰਨੇ ਵੀ ਗੈਰ ਧਰਮ ਦੇ ਲੋਕ ਸਿੱਖ ਇਤਿਹਾਸ ਬਾਰੇ ਪੜ੍ਹਦੇ ਨੇ ਜਾਂ ਸੁਣਦੇ ਨੇ ਉਹ ਸਾਰੇ ਦੇ ਸਾਰੇ ਸਿੱਖ ਕੌਮ ਦੇ ਹੀ ਹੋ ਕੇ ਰਹਿ ਜਾਂਦੇ ਨੇ ਕਿਉਂਕਿ ਸਿੱਖ ਇਤਿਹਾਸ ਗਰੀਬ ਮਜ਼ਲੂਮਾਂ ਅਤੇ ਅਤਿਆਚਾਰ ਦੇ ਖਿਲਾਫ ਕੁਰਬਾਨੀਆਂ ਦਿੱਤੀਆਂ ਹੋਈਆਂ ਨਾਲ ਭਰਿਆ ਪਿਆ ਸਰਦਾਰ ਜੀ ਆਪਕੇ ਵੋ ਕੌਣ ਸੇ ਬਾਬਾ ਥੇ ਜੋ ਗੋਰੇ ਕੀ ਸਵਾਰੀ ਕਰਤੇ ਥੇ ਜਰਾ ਉਨਕੇ ਬਾਰੇ ਵੀ ਮਾਰੇ ਕੋ ਬਤਾਓ ਤੂੰ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਪੁੱਛਣਾ ਚਾਹੁੰਦਾ ਹਾਂ ਗੋਬਿੰਦ ਬਾਬਾ ਹਮਾਰੇ ਗਾਉਂ ਮੇ ਉਨਕੋ ਚਿਰੀ ਵਾਲਾ ਬਾਬਾ ਬੁਲਾਤੇ ਹੈ ਹਮ ਦੇਖਤਾ ਹੂੰ ਹਮਾਰਾ ਲੋਕ ਵੀ ਆਪਕੇ ਗੁਰਦੁਆਰਾ ਮੇ ਜਾਣੇ ਲਗੇ ਹੈ ਔਰ ਆਪਕੇ ਜੈਸੇ ਹੀ ਅਬ ਮੁੰਡੀ ਪੇ ਕੱਪੜਾ ਵੀ ਬਾਂਧਤੇ ਹੈ ਓ ਪੁੱਤਰਾ ਇਹ ਕੱਪੜਾ ਨਹੀਂ ਹੈਗਾ ਇਹ ਦਸਤਾਰ ਹੈ ਦਸਤਾਰ ਇਹ ਸਿੱਖ ਕੌਮ ਦੀ ਪਹਿਚਾਣ ਹੈ ਆਣ ਹੈ ਮਾਣ ਹੈ ਸ਼ਾਨ ਹੈ ਉਹ ਇਸ ਦਸਤਾਰ ਨੂੰ ਸਾਡੇ ਸਿਰ ਤੇ ਸਜਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰੇ ਦਾ ਸਾਰਾ ਪਰਿਵਾਰ ਸਾਡੇ ਲਈ ਕੁਰਬਾਨ ਕਰਤਾ ਸਾਡੇ ਲਈ ਨਿਸ਼ਾਵਰ ਕਰਤਾ ਅੱਛਾ ਸਰਦਾਰ ਜੀ ਮਾਂ ਔਰ ਬਾਊ ਜੀ ਬੇਟੋ ਕੋ ਸਭੀ ਕੋ ਨਿਸ਼ਾਵਰ ਕਰ ਦਿਆ ਬਿਲਕੁਲ ਸਭੀ ਕੋ ਪਰ ਦਾਦਾ ਦਾਦਾ ਆਪਣੇ ਬਾਬੂ ਜੀ ਕੋ ਆਪਣੇ ਚਾਰੋਂ ਬੇਟੋ ਕੋ ਯਹਾਂ ਤੱਕ ਕਿ ਆਪਣੀ ਮਾਂ ਕੋ ਵੀ ਹਮਾਰੀ ਸਿੱਖ ਕੌਮ ਕੇ ਲੀਏ ਇਸ ਦਸਤਾਰ ਕੇ ਲੀਏ ਕੁਰਬਾਨ ਕਰ ਦਿਆ ਸਾਰਾ ਪਰਿਵਾਰ ਨਿਸ਼ਾਵਰ ਕਰ ਦਿਆ ਜ਼ਰੂਰ ਇਸਮੇ ਕੋਈ ਨਾ ਕੋਈ ਦੈਵਿਆ ਸ਼ਕਤੀ ਹੋਗਾ ਹਾਂ ਕਾ ਜੇ ਦਸਤਾਰ ਮੈਂ ਵੀ ਬਾਂਧ ਸਕਦਾ ਹੂੰ ਓ ਬਿਰਜੂ ਮੈਂ ਸਾਨੂੰ ਪੱਠੇ ਪਾਤੇ ਹਾਂਜੀ ਸਰਦਾਰ ਜੀ ਅਬ ਪੱਠੇ ਡਾਲ ਦੀਏ ਅਬ ਪਾਣੀ ਪਿਲਾਣਾ ਰਹਿ ਬਾਕੀ ਰਹਿ ਗਿਆ ਅਭੀ ਪਿਲਾਤਾ ਹੂੰ ਅੱਛਾ ਫਿਰ ਬਿਰਜੂ ਪਾਣੀ ਪਿਲਾ ਦੇ ਚੱਲ ਕੇ ਉਹਦੇ ਬਾਅਦ ਫਿਰ ਆਪਾਂ ਬੀਜ ਵੀ ਲੈ ਕੇ ਜਾਣਾ ਪੈਂਟ ਪੁੰਟ ਪਾ ਲਈ ਨਾਲੇ ਹੈ ਠੀਕ ਹੈ ਸਰਦਾਰ ਜੀ ਓ ਬਾਪੂ 500 ਨੋਟ ਕੱਢੀ 500 ਦਾ ਨੋਟ ਓ ਬਾਲ ਬਾਲ ਮੈਂ ਤਾਂ ਐ ਕਹਿੰਦਾ ਸੀ ਮੇਰਾ ਕੱਲ ਦੋਸਤ ਬਾਲ ਬਾਲ ਵੱਜ ਗਿਆ ਕਿਤਾਬਾਂ ਦੇ ਚੱਕਰ ਚ ਕਿਤੇ ਮੇਰਾ ਨੰਬਰ ਨਾ ਜਾਵੇ ਓ ਕਾਹਦਾ ਨੰਬਰ ਆਜੂ ਤੇਰਾ ਓ ਮੇਰਾ ਨਾਮ ਨਾ ਕੱਟੋ ਜੇ ਕੱਲ ਮੇਰੇ ਦੋਸਤ ਦਾ ਕਿਤਾਬ ਪਿੱਛੇ ਨਾਮ ਕੱਟ ਹੋ ਗਿਆ ਅੱਛਾ ਫਿਰ ਤਾਂ ਕਿਤਾਬ ਵਾਸਤੇ ਪੈਸੇ ਲੈਣੇ ਆ ਹਾਂ ਹਾਂ ਲੈ ਫੜ ਮੇਰੀ ਕਿਤਾਬ ਜਾ ਓ ਕਦੇ ਪੱਗ ਪੁੱਗ ਵੀ ਬੰਨ ਲਿਆ ਕਰ ਠੀਕ ਹੈ ਬਾਪੂ ਤਾਂ ਫਸ ਗਿਆ ਸੀ ਜੇ ਕਿਤੇ ਮੂੰਹੋਂ ਨਿਕਲ ਜਾਂਦਾ ਕਿ ਬਾਲ ਸੈੱਟ ਕਰਾਉਣੇ 500 ਤਾਂ ਕਿਆ ਮਿਲਣਾ ਸੀ ਅਤੇ 576 ਜ਼ਰੂਰ ਪੈ ਜਾਣਾ ਸੀ ਬਾਪੂ ਦਾ ਪਹਿਲਾਂ ਹੀ ਸੀ ਮਾਨਦਾ ਬਾਲ ਕਟਾਉਣ ਲਈ ਕਿੰਨੇ ਪਾਪੜ ਵੇਲੇ ਸੀ ਬਾਲ ਕਟਾਉਣ ਲਈ ਓ ਬਿਰਜੂ ਉਹ ਅੱਗੇ ਤਾਂ ਬਹੁਤ ਜਾਮ ਲੱਗਿਆ ਪਿਆ ਆ ਮੈਂ ਜਾਂਦਾ ਦੁਕਾਨ ਨੂੰ ਆ ਤੂੰ ਮੋਟਰਸਾਈਕਲ ਨੂੰ ਦੇਖ ਮਾੜਾ ਜਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸਰਦਾਰ ਜੀ ਦੀ ਜੈ ਸਰਦਾਰ ਜੀ ਸਰਦਾਰ ਜੀ ਲਾਲਾ ਜੀ ਬਾਪਾ ਦਾ ਜੀ ਚਰੀ ਦਾ ਬੀਜ ਲੈਣ ਆਏ ਸੀਗੇ ਹਾਂਜੀ ਹੈ ਤਾਂ ਦਿਓ ਕੀ ਗੱਲ ਕਰਤੀ ਸਰਦਾਰ ਜੀ ਹੈ ਅਸੀਂ ਤੁਹਾਡੀ ਦੁਕਾਨ ਤੁਹਾਡੀ ਹੈ ਜੋ ਜੋ ਹੁਕਮ ਕਰੋਗੇ ਮਿਲ ਜੂਗਾ ਕਾਕਾ ਮੂੰਹ ਕਿੰਨੀ ਕੀ ਵੇਖਦਾ ਚਰੀ ਦਾ ਬੀਜ ਲੈ ਸਰਦਾਰ ਨੇ ਹਾਂ ਕਾਕਾ ਲਓ ਸਰਦਾਰ ਜੀ ਵਧੀਆ ਕੁਆਲਿਟੀ ਦਾ ਬੀਜ ਦਿੱਤਾ ਤੁਹਾਨੂੰ ਚਾਰ ਪੰਜ ਪੱਟਾ ਲੈਂਦੇ ਨੇ ਹਾਂ ਹੋਰ ਹੁਕਮ ਕਰੋ ਕੀ ਚਾਹੀਦਾ ਵਾਹ ਜੀ ਮਿਹਰਬਾਨੀ ਜੀ ਸ਼ੁਕਰੀਆ ਸਰਦਾਰ ਜੀ ਮੁਝੇ ਵੀ ਦਸਤਾਰ ਬਾਂਧਣਾ ਸਿਖਾਓ ਹੋ ਬੱਲੇ ਸ਼ੇਰਾ ਚੱਲ ਫਿਰ ਚੱਕ ਕੇ ਲੈ ਗਿਆ ਹੁਣੇ ਬੰਧਣ ਦੇ ਦਸਤਾਰ ਤੇਰੇ
ਆ ਲੋ ਸਰਦਾਰ ਜੀ ਮੁਝੇ ਵੀ ਦਸਤਾਰ ਬਾਂਧਣਾ ਸਿਖਾਓ। ਕਿਆ ਬਾਤ ਹੈ, ਬੜਾ ਕਾਲਾ ਹੋਇਆ ਪਿਆ ਤੂੰ ਤਾਂ ਹੈ। ਆ ਲੈ ਫੜ ਫਿਰ ਇਹਨੂੰ, ਏਦਾਂ ਕਰਕੇ ਨਾ ਐਂ ਕਰੀ ਨਾ ਹੁੰਦਾ, ਐਵੇਂ ਕਰਕੇ ਐਂ ਖਿੱਚੀ ਦਾ। ਚਰੀ ਦਾ ਬੀਜ ਤਾਂ ਲਿਆਏ, ਬਾਜਰੇ ਦਾ ਉੱਥੇ ਹੀ ਰਹਿ ਗਿਆ। ਹੁਣ ਇੱਦਾਂ ਕਰ, ਆ ਤੂੰ ਹੀ ਜਾ ਕੇ ਲੈ ਕੇ ਆ, ਜਾ ਕੇ ਜਹਾ। ਜੀ ਸਰਦਾਰ ਜੀ। ਵਾਹ ਸਰਦਾਰ ਜੀ, ਆ ਮੋਟਰਸਾਈਕਲ ਥੋੜਾ ਸਾਈਡ ਕਰੋਗੇ ਯਾ ਪਾਸ ਕਰਿਓ ਭਈਆ ਪਾਰਟੀ ਸਰਦਾਰ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਓਏ ਕਾਕਾ ਉੱਠ, ਸਰਦਾਰ ਨੂੰ ਬੈਠਣ ਦੇ, ਬੈਠੋ ਬੈਠੋ ਸਰਦਾਰ ਜੀ। ਓਏ ਕੀ ਕਰੀ ਜਾਣਾ, ਉੱਠ ਪਾਣੀ ਪਿਲਾ ਸਰਦਾਰ ਨੂੰ ਬਈ। ਬਿਰਜੂ ਘਰ ਜਾ, ਤੈਨੂੰ ਬੇਇੱਜ਼ਤੀ ਹੋ ਗਈ, ਬੇਇੱਜ਼ਤੀ ਤੇ ਲਾ ਲਾ ਦੇਖ ਲਓ ਤੈਨੂੰ ਵੀ।